मेरे यंकी थी आप दे आप बहुत ज्यादा एक्साइटमेंट सी कब आएगी असि हर बारी फोन करके पूछते रहते सी कि कब रिलीज कर सारे ने मेनू डराया पता कि मैं सारी टीम ने कि सर दे सट लगी अच्छा प्रदीप सर दे सट लगी ठीक है हाथ पे पट्टी बंधी है बस की हो गया सब ने मेनू इतना पागल बनाया खूबसूरती खत्म शूट हां 11 दिन से सोच रहे थे कुछ रहता नहीं गया जी हो गए जब आप मूवीज च काम करते हैं उन पोदो अपन एक्टिंग वाइज या परफॉर्मेंस वाइज इंप्रूवमेंट होती है बट ग्रोथ स्टडी डेली जो आले दुआले के कैरेक्टर्स देखते हैं अभी वो कितने वेरिएशंस च प्ले करते हैं दिस इज व्हाट आई हैव लर्नड प्रदीप चीमा ते अरविंद कौर मेरे नाल मौजूद ने गलबात करांगे सत श्री अकाल जी सत श्री अकाल दोबारा दोबारा मिलन ते ज्यादा कांग्रेचुलेशंस बिलकुल सो किवें दी फीलिंग है की लग रहा है की हुण एक फिल्म रिलीज हुई हुई है और वेब सीरीज रिलीज हो रही है तुसी दसो पहले किद्दा दी फीलिंग है मेरे सबसे ज्यादा गुड फील इस चीज दी कि मेरा फिल्म च जेड़ा कैरेक्टर है वो बिल्कुल ऑपोजिट है जे मैं यंकी च है तुसी देखो एक रिलीज हुई थी इट इज टू वेरी डिफरेंट कैरेक्टर्स एकदम ऑपोजिट यू नो पर यदि कोई बिलीव नहीं करेगा कि ये यंकी मेरी कुड़ी अपने चेता सिंह च वही कैरेक्टर है जिदी इतनी इनोसेंट कुड़ी दिखाई हुई है हां कम हां तैयारियां एक्चुअल जो ये होंगे कि साड़ा प्रोसैस जो स्क्रिप्ट मिल जाती है ना उदो ही शुरू हो जाता बट एक जिहड़ा विजुअल दिखता ऑडियंस नूं आपां समझा सकते हैं कि आह चीज़ा सी करियां हुई ने उस कुछ चीज़ा हैगियां सी मेरे ख्याल च जिवें मेरे एक तां पट्टी बनी हुई है थ्रू आउट मतलब जिन्ने भी शुरू तो लैके एंड तक सारा हो रहा वो मेरे ख्याल च कि आपां किन्ने दिन शूट किया 10 दिन या 11 दिन किया था मेरी वो पट्टी ऑलरेडी लगातार ही बनी रही अच्छा नहीं मतलब बिजली टाइम मतलब खोलदे सी बट क्योंकि मॉर्निंग टू जदों भी इवनिंग तक जदों तक शूट चलदा सी वो रहंदी सी मतलब रात नूं मैं मतलब खुद आउंदा सी वो भी एक बढ़िया एक्सपीरियंस सी मेरे लिए मैं पट्टी बनी रखना बिना ਸਾਰੇ ਨੇ ਮੈਨੂੰ ਡਰਾਇਆ ਪਤਾ ਕਿਵੇਂ ਸਾਰੀ ਟੀਮ ਨੇ ਕਿ ਸਰ ਦੇ ਸੱਟ ਲੱਗੀ ਅੱਛਾ ਪ੍ਰਦੀਪ ਸਰ ਦੇ ਸੱਟ ਲੱਗੀ ਠੀਕ ਹੈ ਮੈਂ ਦੇਖਿਆ ਹੱਥ ਤੇ ਪੱਟੀ ਬੰਨੀ ਆ ਬਸ ਕੀ ਹੋ ਗਿਆ ਕੀ ਹੋ ਗਿਆ ਸਭ ਨੇ ਮੈਨੂੰ ਇੰਨਾ ਪਾਗਲ ਬਣਾਇਆ ਦੋ ਤਿੰਨ ਦਿਨ ਲਗਾਤਾਰ ਫਿਰ ਪਤਾ ਚੱਲੇ ਵੀ ਸੀਕੁਐਂਸ ਵਾਸਤੇ ਕੀਤਾ ਹੋਇਆ ਹੈ ਓ ਗॉड ਕਿੰਨੇ ਸਾਰੇ ਐਕਟਰ ਨੇ ਬਿਲਕੁਲ ਪਤਾ ਨਹੀਂ ਲੱਗਣ ਦਿੰਦੇ ਬਟ ਦੈਟ ਵਾਸ ਹਾਂ ਇਹ ਫਸਦੀ ਆ ਕੇ ਜਦੋਂ ਮੈਂ ਉਹ ਕਹਿ ਰਿਹਾ ਸੀ ਨਾ ਮੈਂ ਵੀ ਅੱਜ ਬਹੁਤ ਪਹਿਲੇ ਨਹੀਂ ਪਤਾ ਨਹੀਂ ਐਕਸੀਡੈਂਟ ਹੋ ਗਿਆ ਉਹ ਕੀ ਹਾਂ ਬਾਕੀ ਹੋਰ ਵੀ ਕੁਝ ਚੀਜ਼ਾਂ ਸੀ ਜਿਹੜੀਆਂ ਮਤਲਬ ਜਿਵੇਂ ਪਹਿਲਾਂ ਮੈਂ ਹੁਣ ਲੀਡ ਚ ਆ ਕੇ ਕੁਝ ਚੀਜ਼ਾਂ ਆਪਾਂ ਨੂੰ ਥੋੜੀਆਂ ਚੇਂਜ ਕਰਨੀਆਂ ਪੈਂਦੀਆਂ ਨੇ
ਐਜ਼ ਐਨ ਐਕਟਰ ਹੈ ਨਾ ਕਿ ਜਿਵੇਂ ਛੋਟੇ ਜੇ ਕਰੈਕਟਰ ਦੀ ਮਤਲਬ ਡਿਊਰੇਸ਼ਨ ਘੱਟ ਹੁੰਦੀ ਹੈ ਸਕਰੀਨ ਤੇ ਤਾਂ ਉਹਦੇ 'ਚ ਥੋੜ੍ਹਾ ਜਿਹਾ ਸਾਨੂੰ ਐਗਜੈਗਰੇਸ਼ਨ ਥੋੜ੍ਹੀ ਜਿਹੀ ਦੇਣੀ ਪੈਂਦੀ ਹੈ ਨਾ ਕਿ ਨੋਟਿਸ ਹੋਣ ਜਦੋਂ ਆਪਾਂ ਐਜ਼ ਏ ਲੀਡ ਕਰਦੇ ਹਾਂ ਤਾਂ ਉਦੋਂ ਕਈ ਚੀਜ਼ਾਂ ਨੂੰ ਸਮੂਥ ਰੱਖਣ ਲਈ ਐਫਰਟ ਹੁੰਦੇ ਨੇ ਉਹ ਚੀਜ਼ਾਂ ਦਾ ਥੋੜ੍ਹਾ ਜਿਹਾ ਡਿਫਰੈਂਸ ਰਿਹਾ ਜਿਹੜੀਆਂ ਉਹ ਆ ਉਹ ਸ਼ਾਇਦ ਦੇਖ ਕੇ ਮੈਂ ਆਫਟਰ ਰਿਲੀਜ਼ਿੰਗ ਤੋਂ ਬਾਅਦ ਮੈਂ ਐਗਜ਼ਾਮਪਲ ਵੀ ਦੇ ਸਕਦਾ ਹਾਂ ਵੀ ਕਿਆ ਸੀਨ ਸੀ ਵੀ ਆਹ ਮੈਂ ਇਹਨਾਂ 'ਤੇ ਐਵੇਂ ਵਰਕ ਕੀਤਾ ਮੇਰੇ ਖਿਆਲ ਤੋਂ ਕੱਲ੍ਹ ਤੋਂ ਬਾਅਦ ਦਊਂਗਾ ਮੈਂ ਅੱਛਾ ਹਾਲੇ ਤਾਂ ਨਹੀਂ ਦੇਖੀ ਵੈਸੇ ਪੂਰੀ ਰਿਲੀਜ਼ ਹੋਣ ਤੋਂ ਬਾਅਦ ਦੇਖੀ ਹੋਈ ਆ ਬਟ ਇਹ ਵੀ ਹੁਣ ਆਡੀਅੰਸ ਨੇ ਨਹੀਂ ਦੇਖੀ ਆਪਾਂ ਉਸ ਨਾਲ ਉਵੇਂ ਗੱਲ ਨਹੀਂ ਕਰ ਪਾਵਾਂਗੇ ਕਿ ਹਾਂ ਉਹ ਵਾਲੇ ਸੀਨ 'ਚ ਆਹ ਚੀਜ਼ ਸੀ ਉਹ ਸੋ ਜਦੋਂ ਸ਼ੂਟ ਹੋ ਰਹੀ ਸੀ ਉਦੋਂ ਦੀ ਕੋਈ ਚੀਜ਼ ਜਿਵੇਂ ਮੈਮ ਨਾਲ ਤਾਂ ਹੋ ਗਿਆ ਸੀ ਪ੍ਰੈਂਕ ਹੋ ਗਿਆ ਨਾ ਤੁਹਾਡੇ ਨਾਲ ਤਾਂ ਇੱਕ ਤਰੀਕੇ ਤੁਸੀਂ ਕੋਈ ਯਾਦ ਸਾਂਝੀ ਕਰਨੀ ਚਾਹੋਗੇ ਉਸ ਟਾਈਮ ਦੀ ਜਦੋਂ ਸ਼ੂਟ ਹੋਇਆ ਸੀ ਤੇ ਮੈਨੂੰ ਦੱਸੋ ਵੀ ਕਦੋਂ ਸ਼ੂਟ ਹੋਇਆ ਇਸੇ ਸਾਲ ਸ਼ੂਟ ਹੋਈ ਹੈ ਇਹ ਹਾਂ ਇਸੇ ਸਾਲ ਦਸੰਬਰ 'ਚ ਹੋਈ ਹੈ ਲਾਸਟ ਦਸੰਬਰ 'ਚ ਹੁਣ ਮਾਰਚ 'ਚ ਤਾਂ ਹੋਈ ਹੈ ਨਹੀਂ ਫੈਬਰੂਅਰੀ 'ਚ ਸੌਰੀ ਆਪਾਂ ਦਸੰਬਰ 'ਚ ਸ਼ੂਟ ਕਰ ਰਹੇ ਹਾਂ few hours later january kuch patch work see wo thoda sa theek hai ho sakta hai maine exactly aa gaya ha winters shoot hue but maine na pata chalo decide ho gaya few hours later kada shoot hui si ye decide ho gaya ਸੋ ਅੱਛਾ ਜਿਹੜਾ ਕਿਰਦਾਰ ਹੈ ਯੈਂਕੀ ਦਾ ਕਹਿੰਦਾ ਵੀ ਸਾਰੇ ਗੈਂਗਸਟਰਸ ਦੇ ਪੈਸੇ ਲੈ ਕੇ ਭੱਜ ਗਿਆ ਹੈ ਨਾ ਸੋ ਮੈਨੂੰ ਜਿਹੜਾ ਸਟਾਰਟਿੰਗ ਹੁੰਦੀ ਹੈ ਨਾ ਇਹ ਮੈਨੂੰ ਟ੍ਰੇਲਰ ਉੱਥੋਂ ਹੀ ਬੜਾ ਅਟਰੈਕਟਿਵ ਲੱਗਿਆ ਵੀ ਯਾਰ ਅੱਛਾ ਇੱਦਾਂ ਵੀ ਹੁੰਦੀ ਆ ਵੀ ਕਹਿ ਲਓ ਕਹਿੰਦੇ ਨਹੀਂ ਹੁੰਦੇ ਕਹਾਵਤ ਤੁਸੀਂ ਚੋਰਾਂ 'ਤੇ ਮੋਰ ਪੈ ਗਏ ਉਹ ਵਾਲੀ ਗੱਲ ਹੋ ਗਈ ਅਤੇ ਤੁਹਾਨੂੰ ਜਦੋਂ ਤੁਸੀਂ ਸਕ੍ਰਿਪਟ ਸੁਣੀ ਸੀਗੀ ਤਾਂ ਸਭ ਤੋਂ ਅਟਰੈਕਟਿਵ ਚੀਜ਼ ਕਿਹੜੀ ਲੱਗੀ ਸੀ ਕੀ ਸੋਚਿਆ ਸੀਗਾ ਕਿ ਹਾਂ ਮੈਂ ਵੈਬ ਸੀਰੀਜ਼ ਕਰਨੀ ਆ ਇੱਕ ਤਾਂ ਇਹਦੀਆਂ ਕੁਛ ਜਿਹੜੇ ਇੰਸੀਡੈਂਟ ਨੇ ਕਿ ਇਹਦੇ 'ਚ ਇੱਦਾਂ ਕੋਈ ਪ੍ਰੂਫ ਕਰਨ ਵਾਲੀ ਚੀਜ਼ ਨਹੀਂ ਸੀ ਕਰੈਕਟਰ 'ਚ ਕਿ ਹਾਂ ਮੈਂ ਆਹ ਚੀਜ਼ ਜਿਹੜੀ ਇਹਦੀ ਸਿਚੁਏਸ਼ਨ ਆ ਸਾਰੀ ਜਿਹੜੀ ਸਟੋਰੀ ਆ ਕਰੈਕਟਰ ਹੈਗਾ ਬਟ ਉਹ ਨੋਰਮਲ ਸਾਰੇ ਕਰੈਕਟਰ ਨੇ ਜਿਵੇਂ ਉਵੇਂ ਹੀ ਆ ਬਟ ਉਹ ਹੈ ਕਿ ਉਹ ਹੀਰੋ ਨਹੀਂ ਹੈਗਾ ਉਹ ਕਿਸੇ ਤਰ੍ਹਾਂ ਦਾ ਉਹ ਨਹੀਂ ਹੈਗਾ ਕਿ ਹਾਂ ਉਹ ਪ੍ਰੂਵ ਕਰ ਰਿਹਾ ਕਿ ਹਾਂ ਮੈਂ ਆਹ ਕਰਦਾ ਨਾ ਹੀਰੋਇਜ਼ਮ ਨਹੀਂ ਆ ਹਾਂ ਨਹੀਂ ਆ ਬਿਲਕੁਲ ਵੀ ਨਹੀਂ ਹੈਗਾ ਉਹਦੇ ਜਿਹੜੀਆਂ ਸਿਚੁਏਸ਼ਨ ਆ ਰਹੀਆਂ ਨੇ ਨਾ ਉਹਨੂੰ ਹੈਂਡਲ ਕਰਨੀਆਂ ਪੈ ਰਹੀਆਂ ਇਹ ਮੈਨੂੰ ਖੂਬਸੂਰਤੀ ਜ਼ਿਆਦਾ ਲੱਗਦੀ ਪਰਸਨਲੀ ਕੀ ਮੰਨਦੇ ਹੋ ਤੁਸੀਂ ਹੀਰੋਇਜ਼ਮ ਨੂੰ ਜਾਂ ਫਿਰ ਇੱਕ ਐਕਟਰ ਹੋਣਾ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਦੇਖੋ ਸਾਰਿਆਂ ਨੂੰ ਪਹਿਲਾਂ ਤਾਂ ਐਕਟਰ ਹੋਣਾ ਹੀਰੋਇਜ਼ਮ ਤਾਂ ਇੱਕ ਮੇਕਿੰਗ ਦਾ ਸਟਾਈਲ ਆ ਨਾ ਕਿ ਉਹ ਕਿਵੇਂ ਦਿਖਾ ਸਕਦਾ ਤੁਸੀਂ ਕਿਹਾ ਕਿ ਮੇਰਾ ਕਿਰਦਾਰ ਚੇਤਾ ਸਿੰਘ ਤੋਂ ਬਹੁਤ ਡਿਫਰੈਂਟ ਹੈ ਨਾ ਉਹ ਬੜਾ ਸਿੰਪਲ ਜਿਹਾ ਕੁੜੀ ਆ ਉਹ ਸਿੰਪਲ ਜੀ ਹੈ ਨਾ ਜਿਹੜੀ ਚੇਤਾ ਸਿੰਘ ਤੁਸੀਂ ਦੇਖੀ ਹੈ ਸੋ ਯੈਂਕੀ ਦੇ ਵਿੱਚ ਕਿੱਦਾਂ ਦੀ ਕੁੜੀ ਸਾਨੂੰ ਵੇਖਣ ਨੂੰ ਮਿਲੇਗੀ ਅਰਵਿੰਦ ਦਾ ਕਿਹੜਾ ਰੂਪ ਹੈ ਇਹਦੇ ਚ ਇਹ ਮੈਂ ਰਿਵੀਲ ਨਹੀਂ ਕਰਨਾ ਚਾਹਦੀ ਬਿਕਾਜ਼ ਇਹਦੇ ਵੀ ਬਹੁਤ ਸ਼ੇਡਸ ਨੇ ਬਟ ਬਹੁਤ ਡਿਫਰੈਂਟ ਹੈ ਫਰੋਮ ਚੇਤਾ ਸਿੰਘ ਪਹਿਲਾਂ ਜਿਹੜਾ ਵਾਰਨਿੰਗ ਕੈਰੈਕਟਰ ਸੀਗਾ ਹੁਣ ਤੱਕ ਮੈਨੂੰ ਇਹ ਕੈਰੈਕਟਰ ਇਹੋ ਜਿਹੀ ਇਹੋ ਜਿਹਾ ਸਕਰੀਨ ਪਲੇ ਜਾਂ ਪਰਫਾਰਮੈਂਸ ਵਾਈਜ਼ ਕੈਰੈਕਟਰਾਈਜ਼ੇਸ਼ਨ ਮੈਨੂੰ ਨਹੀਂ ਮਿਲੀ ਸੀਗੀ ਐਂਡ ਸਭ ਤੋਂ ਸੋਹਣੀ ਚੀਜ਼ ਜਿਹੜੀ ਇੱਕ ਆਰਟਿਸਟ ਨੂੰ ਇਹ ਹੁੰਦਾ ਵੀ ਸਾਨੂੰ ਪਲੈਟਫਾਰਮ ਦਿਓ ਸੋ ਦੈਟ ਵੀ ਕੈਨ ਪਰਫਾਰਮ ਹੈ ਨਾ ਐਂਡ ਆਈ ਹੈਵ ਗਾਟ ਸਮ ਸਪੇਸ ਇਨ ਦਿਸ ਥੋੜ੍ਹਾ ਜਿਹਾ ਆਪਦੇ ਆਪ ਨੂੰ ਐਕਸਪੈਰੀਮੈਂਟਲ ਵੇਚ ਵੀ ਹਾਂ ਲੈਟਸ ਟਰਾਈ ਸਮਥਿੰਗ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਸੀਗਾ ਵੀ ਕੁਛ ਡਿਫਰੈਂਟ ਹੀ ਕਰਨਾ ਅੱਛਾ ਨਹੀਂ ਉਹ ਹੇਅਰ ਕੱਟ ਤੋਂ ਵੀ ਪਤਾ ਲੱਗ ਰਿਹਾ ਨਾ ਕਾਫੀ ਡਿਫਰੈਂਟ ਹੈ ਹਾਂ ਇਹਦੇ ਚ ਹੇਅਰ ਬਹੁਤ ਸ਼ਾਰਟ ਨੇ ਹਾਂ ਟਾਈਮ ਬਹੁਤ ਲੱਗਦਾ ਸੀ ਬਟ ਉਹ ਕਈ ਵਾਰੀ ਜਲਦੀ ਜਲਦੀ ਚ ਇੱਦਾਂ ਹੁੰਦਾ ਸੀ ਕਿ ਨਹੀਂ ਹੋ ਗਿਆ ਪਰ ਦੋ ਚਾਰ ਵਾਰੀ ਲਪੇਟਣੀ ਪੈ ਜਾਂਦੀ ਐ ਵੀ ਸੀਨ ਤੋਂ ਪਹਿਲਾਂ ਕੁਛ ਇੱਦਾਂ ਦਾ ਥੋੜਾ ਜਿਹਾ ਲੇਟ ਹੋ ਜਾਂਦਾ ਸੀ ਕਈ ਵਾਰੀ ਕੁਛ ਚੀਜ਼ਾਂ ਕਰਕੇ ਯੂਥ ਸਪੈਸ਼ਲੀ ਕਾਫੀ ਪਸੰਦ ਕਰਦਾ ਏਦਾਂ ਦੀਆਂ ਚੀਜ਼ਾਂ ਨੂੰ ਸੋ ਉਹਨਾਂ ਲਈ ਕੀ ਕਹੋਗੇ ਤੇ ਕਿਵੇਂ ਸਬੱਬ ਬਣਿਆ ਇਸ ਵੈਬ ਸੀਰੀਜ਼ ਨੂੰ ਕਰਨ ਦਾ ਪਹਿਲਾਂ ਮੇਰੇ ਖਿਆਲ 'ਚ ਗੁਰਜੀਤ ਦਾ ਆਈਡੀਆ ਸੀ ਫਿਰ ਉਹਨਾਂ ਨੇ ਖੁਦ ਸ਼ੇਅਰ ਕਰਿਆ ਦੋਨੋਂ ਬ੍ਰਦਰ ਇੱਕੋ ਹੀ ਚਲੋ ਘਰ 'ਚ ਰਹਿੰਦੇ ਨੇ ਉਹ ਵਰਕ ਕਰਦੇ ਨੇ ਉਹ ਐਡੀਟਿੰਗ ਕਰਦੇ ਨੇ ਉਦੋਂ ਥੋੜ੍ਹਾ ਬਹੁਤ ਸ਼ੇਅਰ ਹੋਇਆ ਉਹ ਆਈਡੀਆ ਉਸ ਤੋਂ ਬਾਅਦ ਉਹਨੂੰ ਥੋੜ੍ਹਾ ਇੱਕ ਸਟੋਰੀ 'ਚ ਉਹ ਹੋਈ ਸਾਰੀ ਚੀਜ਼
ਮੇਰੇ ਖਿਆਲ ਚ ਉਹਨਾਂ ਨੇ ਉਸ ਤੋਂ ਕੁਛ ਕੁ ਮਹੀਨੇ ਪਹਿਲਾਂ ਸ਼ੇਅਰ ਕੀਤਾ ਵੀ ਸੀ, ਥੋੜਾ ਜ਼ਿਕਰ ਵੀ ਹੋਇਆ ਸੀ। ਮੈਂ ਜਦੋਂ ਸੁਣਿਆ ਸੀ ਪਹਿਲੀ ਵਾਰੀ ਜਸਟ ਵਨ ਲਾਈਨ ਵਗੈਰਾ, ਤਾਂ ਮੈਨੂੰ ਬਹੁਤ ਵਧੀਆ ਲੱਗਿਆ ਸੀ। ਪਹਿਲਾਂ ਸੀ ਆਈਡੀਆ ਕਿ ਹਾਂ ਇਹ ਹਿਲ ਸਟੇਸ਼ਨ ਚ ਕਰਨਾ ਕਿਤੇ, ਬਟ ਫਿਰ ਕਰਦੇ ਕਰਾਉਂਦੇ ਕੁਛ ਸਿਚੁਏਸ਼ਨ ਜਿਹੜੀਆਂ ਹੁੰਦੀਆਂ ਬੀਕਾਨੇਰ ਆ ਗਏ ਹਾਂ ਬੀਕਾਨੇਰ ਆ ਗਏ ਬਜਟ ਦਾ ਜਾਂ ਕੁਛ ਕੁਛ ਵੀ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਵੈਦਰ ਦਾ ਵੀ ਚੱਕਰ ਆਉਂਦਾ ਹਨਾ, ਸਟੇਸ਼ਨ ਹਰ ਇੱਕ ਵੈਦਰ ਜਾ ਨਹੀਂ ਸਕਦੇ। ਸੋ ਉਹ ਕਰਦੇ ਕਰਦੇ ਫਿਰ ਇੱਧਰ ਸ਼ਿਫਟ ਹੋ ਗਿਆ ਸਾਰਾ। ਉਹ ਮੇਰੇ ਖਿਆਲ 'ਚ ਉਹਨਾਂ ਨੇ ਦੋਨਾਂ ਦਾ ਪਹਿਲਾਂ ਉਹ ਸੀ ਡਿਸਕਸ਼ਨ, ਉਸ ਤੋਂ ਬਾਅਦ ਹੌਲੀ ਹੌਲੀ ਫਿਰ ਡਿਸਾਈਡ ਹੋਇਆ ਕਿ ਆਪਾਂ ਇੱਥੇ ਕਰਾਂਗੇ, ਆਹ ਸਟੋਰੀ ਹੈ ਉਹ। ਉਸ ਤੋਂ ਬਾਅਦ ਫਿਰ ਇਹ ਡਿਸਾਈਡ ਹੋਇਆ ਕਿ ਹਾਂ ਯੈਂਕੀ ਦਾ ਕਰੈਕਟਰ ਕੌਣ ਕਰੂ, ਫਿਰ ਮੈਂ ਉਸ ਤੋਂ ਬਾਅਦ ਮੈਂ ਹੋਇਆ ਸੀ। ਅੱਛਾ ਪ੍ਰਦੀਪ ਸਰ ਨੇ ਅਮਰ ਸਰ ਨਾਲ ਤੁਸੀਂ ਪਹਿਲਾਂ ਕੰਮ ਕੀਤਾ ਵੀ, ਦੂਜੇ ਪਾਸੇ ਅਮਨ ਸੋਤਾਰ ਨੇ, ਰਾਈਟ, ਤੇ ਵਿਕਟਰ ਜੌਨ ਸਰ ਹੋਰੇ ਨੇ, ਪਰਮਵੀਰ ਸਰ ਨੇ, ਮਤਲਬ ਇੰਨੀ ਦਿੱਗਜ ਸਟਾਰ ਕਾਸਟ ਦੇ ਨਾਲ ਕੰਮ ਕੀਤਾ, ਤਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ? ਓਬਜ਼ਰਵ ਕੀ ਕੀਤਾ ਐਜ਼ ਐਨ ਆਰਟਿਸਟ, ਕੀ ਮਤਲਬ ਇਹਨਾਂ ਨੇ ਜ਼ਿਆਦਾ ਕੰਮ ਕੀਤਾ, ਕਿਵੇਂ ਚੀਜ਼ਾਂ ਨੂੰ ਹੈਂਡਲ ਕਰਦੇ ਨੇ, ਤਾਂ ਐਜ਼ ਐਨ ਆਰਟਿਸਟ ਤੁਸੀਂ ਕੀ ਓਬਜ਼ਰਵ ਕਰਦੇ ਹੁੰਦੇ ਹੋ? ਫਸਟ ਆਈ ਵਾਸ ਥੈਂਕਫੁਲ ਦੈਟ ਆਈਵ ਗੋਟ ਅ ਚਾਂਸ ਟੂ ਵਰਕ ਵਿਦ ਅਮਰ ਸਰ ਅਗੇਨ। ਉਹਨਾਂ ਦੇ ਪ੍ਰੋਡਕਸ਼ਨ ਐਂਡ ਕਿਵਿੰਸ ਲਈ ਫਾਈਨਲੀ ਵੀ ਆਰ ਗੈਟਿੰਗ ਸਮ ਐਕਸਪੈਰੀਮੈਂਟਲ ਪ੍ਰੋਜੈਕਟਸ ਦੁਆਰਾ ਤੋਂ, ਐਂਡ ਸਰ ਦੇ ਨਾਲ ਵਾਰਨਿੰਗ ਚ ਕੰਮ ਕੀਤਾ ਹੋਇਆ ਸੀਗਾ। ਹੁਣ ਦਿਸ ਟਾਈਮ ਗੁਰਜੀਤ ਸਰ ਇਜ਼ ਵਰਕਿੰਗ ਔਨ ਦਿਸ ਪ੍ਰੋਜੈਕਟ ਐਂਡ ਇਟ ਵਾਸ ਕ੍ਰੀਏਟਿਵ ਐਜ਼ ਵੈਲ, ਹੈ ਨਾ, ਬਹੁਤ ਵਧੀਆ ਲੱਗਿਆ। ਹੀ ਇਜ਼ ਟੂ ਕ੍ਰੀਏਟਿਵ, ਆਪਾਂ ਕਹਿ ਦਿੰਦੇ ਹਾਂ ਵੀ ਜਿਹੜੀ ਹੁਣ ਯੰਗ ਜਨਰੇਸ਼ਨ ਆ ਰਹੀ ਹੈ ਦੇ ਮੋਰ ਟੈਕਨੀਕਲ ਐਂਡ ਕ੍ਰੀਏਟਿਵ, ਹੈ ਨਾ। ਸੋ ਇਟ ਵਾਸ ਗ੍ਰੇਟ, ਦ ਐਕਸਪੀਰੀਅੰਸ ਵਾਸ ਗ੍ਰੇਟ ਓਵਰਆਲ। ਜਿਹੜਾ ਆਰਟਿਸਟ ਵਾਈਜ਼ ਦੇ ਸਰ ਦਾ ਕੈਰੈਕਟਰ ਹੈਗਾ ਬੱਬਰ ਚ, ਪ੍ਰਦੀਪ ਸਰ ਨਾਲ ਕੰਮ ਕਰਨਾ ਫੋਰਚੁਨੇਟਲੀ ਬਾਈ ਚਾਂਸ ਮੈਨੂੰ ਕਾਲ ਆ ਗਿਆ ਸੀਗਾ ਇਸ ਪ੍ਰੋਜੈਕਟ ਵਾਸਤੇ, ਮੈਂ ਸਰ ਯੈਸ। ਜਦੋਂ ਮੈਨੂੰ ਕੈਰੈਕਟਰ ਸੁਣਨ ਨੂੰ ਮਿਲਿਆ, ਬਹੁਤ ਸੋਹਣਾ ਕੈਰੈਕਟਰ ਹੈ, it is about the other cast jehde tade naal the characters ne, they are very strong performers and from the theater backgrounds again, so it was the best experience to learn it. ਸੋ ਕੀ ਕਹਿਣਾ ਚਾਹੋਗੇ ਦਰਸ਼ਕਾਂ ਲਈ, ਸਪੈਸ਼ਲੀ ਯੰਕੀ ਦੇ ਵਾਸਤੇ? ਲਾਈਕ ਜਿਵੇਂ ਮੈਮ ਹੋਰਾਂ ਨੇ ਵੀ ਕਿਹਾ ਕਿ ਇੱਕ ਵੱਖਰਾ ਕਨਸੈਪਟ ਹੈ ਹਰ ਚੀਜ਼, ਮਤਲਬ ਟ੍ਰੇਲਰ ਨੂੰ ਵੇਖ ਕੇ ਵੀ ਪਤਾ ਲੱਗ ਰਿਹਾ ਹੈ ਕਿ ਕੁਛ ਡਿਫਰੈਂਟ ਆ ਰਿਹਾ ਹੈ, ਰਾਈਟ? ਸੋ ਅਮਰ ਭਾਜੀ ਤੋਂ ਵੈਸੇ ਹੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਕਿਉਂਕਿ ਵਾਰਨਿੰਗ ਜਿਹਨੇ ਲੈ ਕੇ ਆਉਂਦੀ ਹੈ, ਓਬਵੀਅਸਲੀ ਐਕਸਪੈਕਟੇਸ਼ਨਸ ਹਾਈ ਹੋ ਜਾਂਦੀਆਂ ਨੇ। ਸੋ ਯੰਕੀ ਵਾਸਤੇ ਸਪੈਸ਼ਲੀ ਕੀ ਕਹੋਗੇ? ਯੰਕੀ ਲਈ ਜੀ ਮੈਂ ਵੀ ਸਾਰਿਆਂ ਨੂੰ ਪਹਿਲਾਂ ਮੇਕਿੰਗ ਦਾ ਕਹੂੰਗਾ, ਮੇਕਿੰਗ ਲਈ ਤੁਸੀਂ ਜ਼ਰੂਰ ਦੇਖੋ ਇਹਨੂੰ, ਕੁਛ ਚੀਜ਼ਾਂ ਬਹੁਤ ਵਧੀਆ ਤੁਹਾਨੂੰ ਮਿਲਣਗੀਆਂ। ਤੇ ਜੇ ਆਪਾਂ ਇਹ ਪੂਰੇ ਪ੍ਰੋਸੈਸ ਨੂੰ, ਚਲੋ ਹੁਣ ਇੰਟਰਵਿਊ ਵੀ ਚੱਲਦੀਆਂ ਨੇ ਸਾਰੇ, ਇੰਟਰਵਿਊਜ਼ ਦਾ ਇਹ ਵੀ ਜ਼ਰੀਆ ਹੁੰਦਾ ਨਾ, ਇਹਨਾਂ ਥਰੂ ਸਾਰੀ ਇਨਫੋਰਮੇਸ਼ਨ ਲੈਂਦੇ ਕਿ ਹਾਂ ਕੀ ਪ੍ਰੋਸੈਸ ਰਿਹਾ, ਕਿੰਨੇ ਦਿਨ ਸ਼ੂਟ ਹੋਈ, ਕੀ ਸਟਾਰਟ ਪੁਆਇੰਟ ਹੋਇਆ। ਉਹੀ ਆ ਵੀ ਹੁਣ ਆਡੀਅੰਸ ਨੂੰ ਪਤਾ ਲੱਗ ਜੂ ਵੀ ਹਾਂ ਕਿੰਨੇ ਦਿਨਾਂ ਉਹ ਸੀ, ਅਸੀਂ 10 ਤੋਂ 11 ਦਿਨਾਂ ਸ਼ੂਟ ਕਰੀਆ ਉਸ ਤੋਂ ਪਹਿਲਾਂ। ਹਾਂ ਮਤਲਬ ਸਾਰੀ ਇਹ ਸਾਰਿਆਂ ਨੂੰ ਇਹਦੀ ਵੱਡੀ ਉਹ ਹਨਾ 11 ਦਿਨਾਂ ਚ ਮਤਲਬ ਖਤਮ ਸ਼ੂਟ। ਹਾਂ ਹਾਂ 11 ਦਿਨ ਚ ਅਸੀਂ ਸੋਚ ਰਹੇ ਸੀ ਕੁਛ ਰਹਿ ਤਾਂ ਨਹੀਂ ਗਿਆ ਸੀ, ਬੇਟੇ ਹੋ ਗਏ ਸੀ ਸਾਰੇ ਟਾਈਮ ਨਾਲ ਆ ਕੇ ਹੋਟਲ ਚ, ਵੀ ਯੂਜ਼ ਟੂ ਟਾਕ, ਵੀ ਯੂਜ਼ ਟੂ ਸਿਟ, ਹਨਾ, ਆਪਾਂ ਇੰਜੋਏ ਕਰਦੇ ਸੀਗੇ ਐਂਡ ਇਟ ਵਾਸ ਵੈਰੀ ਕੰਫਰਟੇਬਲ। ਕੁਛ ਆਪਣਾ ਰਾਜਸਥਾਨ ਦਾ ਸ਼ੂਟ ਤਾਂ 8 ਦਿਨ ਦਾ ਰਿਹਾ ਸੀ, ਇੱਥੇ ਆ ਕੇ ਜਿੱਥੇ ਆ ਕੇ ਦੁਬਾਰਾ ਸ਼ੂਟ ਹੋਇਆ ਸੀ ਚੰਡੀਗੜ੍ਹ, ਬਸ ਉਹੀ ਹੈ। ਤੇ ਉਸ ਤੋਂ ਬਾਅਦ ਜਿਹੜਾ ਇਹਦਾ ਪ੍ਰੀ ਦਾ ਵਰਕ ਆ ਉਹ ਜ਼ਿਆਦਾ, ਮਤਲਬ ਕੋਈ ਵੀ ਮਤਲਬ ਮੈਨੂੰ ਇਹਦਾ ਸਾਰਿਆਂ ਸਪੈਸ਼ਲ ਚੀਜ਼ ਵਧੀਆ ਲੱਗਦੀ ਹੈ ਜਿਹੜੀ ਹੈ। ਅਸੀਂ ਨੇ ਮੇਰੇ ਖਿਆਲ 'ਚ 20 ਤੋਂ 25 ਦਿਨ ਪਹਿਲਾਂ ਸਕ੍ਰਿਪਟ 'ਤੇ ਕੰਮ ਕੀਤਾ, ਰੀਡਿੰਗ ਕੀਤੀ ਆ, ਮਤਲਬ ਸੀਨ ਵਰਕ ਪ੍ਰੋਪਰ ਕੀਤਾ ਕਿ ਹਾਂ ਹਰ ਇੱਕ ਕਰੈਕਟਰ ਨਾਲ, ਛੋਟੇ ਤੋਂ ਛੋਟੇ ਜਿਹੜੇ ਕਰੈਕਟਰ ਨੇ ਸਾਰਿਆਂ ਨਾਲ ਕੀ ਬੋਂਡਿੰਗ ਬਣਦੀ ਹੈ ਹਰ ਇੱਕ ਕਰੈਕਟਰ ਨਾਲ। ਅੱਛਾ ਇਹ ਜਿਹੜਾ ਪੁਆਇੰਟ ਤੁਸੀਂ ਬਹੁਤ ਸੋਹਣਾ ਚੱਕਿਆ ਕਿ ਪ੍ਰੀ ਪ੍ਰੋਡਕਸ਼ਨ 'ਤੇ ਕੰਮ ਪਹਿਲਾਂ ਹੋਇਆ ਸੀਗਾ, ਜ਼ਿਆਦਾਤਰ ਹੁੰਦਾ ਆ ਸਪੈਸ਼ਲੀ ਪੰਜਾਬੀ ਸਿਨੇਮਾ 'ਚ, ਹਾਲੇ ਜਦੋਂ ਇੰਨਾ ਹੈ ਨਹੀਂ ਗਾ, ਮਤਲਬ ਕਹਿ ਲਈਏ ਵੀ ਭਾਈਬੰਦੀ ਜ਼ਿਆਦਾ ਆ ਸਾਡੇ 'ਚ, ਹੈ ਨਾ, ਵੀ ਚੱਲ ਕੋਈ ਨਾ ਕਰ ਲਵਾਂਗੇ, ਕਈ ਵਾਰੀ ਡਾਇਲੋਗਸ ਵੀ ਆਪਾਂ ਚੇਂਜ ਕਰ ਲੈਂਦੇ ਹਾਂ ਔਨ ਸੈੱਟ ਜਾ ਕੇ, ਅਤੇ ਪ੍ਰੀ ਪ੍ਰੋਡਕਸ਼ਨ ਨੂੰ ਇੰਨਾ ਧਿਆਨ 'ਚ ਨਹੀਂ ਰੱਖਿਆ ਜਾਂਦਾ, ਚਲੋ ਚਲੋ ਸ਼ੂਟ ਸ਼ੁਰੂ ਕਰ ਦਿਉ, ਉਸ ਚੱਕਰ 'ਚ ਕਈ ਵਾਰੀ ਸ਼ੂਟ ਵੀ ਲੰਬਾ ਖਿੱਚ ਜਾਂਦਾ। ਸੋ ਮੇਨਲੀ ਤੁਹਾਨੂੰ ਇੰਨਾ ਟਾਈਮ ਹੋ ਗਿਆ ਸਿਨੇਮਾ ਨਾਲ ਵੀ ਜੁੜੇ ਹੋਏ, ਹੈ ਨਾ, ਸੋ ਪ੍ਰੀ ਪ੍ਰੋਡਕਸ਼ਨ 'ਤੇ ਵਰਕ ਕਰਨਾ ਕਿੰਨਾ ਕੁ ਇੰਪੋਰਟੈਂਟ ਹੁੰਦਾ ਹੈ? ਮੈਂ ਜ਼ਰੂਰ ਚਾਹਾਂਗੀ ਇੱਕ ਵਾਰ ਜਿਹੜੇ ਯੰਗ ਮੇਕਰਸ ਨੇ ਜਾਂ ਫਿਲਮ ਮੇਕਿੰਗ 'ਚ ਆਉਣਾ ਵੀ ਚਾਹੁੰਦੇ ਨੇ, ਉਹਨਾਂ ਨੂੰ ਇਸ ਬਾਰੇ ਜ਼ਰੂਰ ਦੱਸੋ ਥੋੜ੍ਹਾ ਜਿਹਾ। ਮੈਂ ਉਹੀ ਕਹਿ ਰਿਹਾ ਵੀ ਇਹ ਆ ਯੰਕੀ ਦੀ ਮੇਕਿੰਗ ਦੇਖ ਕੇ ਇਸ ਚੀਜ਼ ਦਾ ਅੰਦਾਜ਼ਾ ਲੱਗ ਸਕਦਾ ਕਿ ਹਾਂ ਜਿਹੜੀ ਪ੍ਰੀ ਦਾ ਵਰਕ ਆ ਨਾ ਉਹ ਕਿੰਨਾ ਸਹੀ ਸਾਬਿਤ ਹੁੰਦਾ, ਤੁਹਾਨੂੰ ਕੀ ਕਿਵੇਂ ਹੈਲਪਫੁਲ ਹੁੰਦਾ।
ਕਿਉਂਕਿ ਤੁਹਾਡੀ ਉੱਥੇ ਦੇ ਜਿਹੜਾ ਵਰਕ ਆ ਨਾ ਉਹ ਬਹੁਤ ਘੱਟ ਜਾਂਦਾ ਘੱਟ ਜਾਂਦਾ ਬਿਲਕੁਲ ਤੁਹਾਡੀਆਂ 80-90% ਚੀਜ਼ਾਂ ਫਿਕਸ ਹੁੰਦੀਆਂ ਨੇ ਤਾਂ ਮਤਲਬ ਜਿਹੜੀਆਂ ਮੇਕਿੰਗ ਵਾਈਜ਼ ਨੇ ਅਦਰਵਾਈਜ਼ ਜਿਵੇਂ ਤੁਸੀਂ ਐਕਟਰ ਨੂੰ ਇੱਕ ਫ੍ਰੀ ਛੱਡਣਾ ਉਹ ਤੁਹਾਡੀ ਹੋਰ ਦਾਇਰਾ ਵੱਧ ਜਾਂਦਾ ਉਹ ਚੀਜ਼ਾਂ ਫਿਕਸ ਨਹੀਂ ਕਰਦੇ ਕਿਉਂਕਿ ਜਿਹੜੀਆਂ ਆਪਾਂ ਫ੍ਰੀ ਦੇ ਵਰਕ ਨਹੀਂ ਕਰਦੇ ਉਹ ਉੱਥੇ ਜਾ ਕੇ ਤੁਹਾਡਾ ਐਕਟਰ ਲਈ ਦਾਇਰਾ ਘੱਟ ਜਾਂਦਾ ਐਕਟਰ ਨੂੰ ਪਤਾ ਹੁੰਦਾ ਆਹ ਆਹ ਚੀਜ਼ਾਂ ਨੇ ਬਸ ਮੈਂ ਆਹੀ ਆਹੀ ਬੋਲਣੀਆਂ ਪਰ ਜਦੋਂ ਤੁਹਾਨੂੰ ਪਤਾ ਹੁੰਦਾ ਕਿ ਹੋਰ ਚੀਜ਼ਾਂ ਫਿਕਸ ਨੇ ਐਕਟਰ ਕਿਵੇਂ ਮਰਜ਼ੀ ਉਹ ਕਰੀ ਜਾਵੇ ਉਹ ਚੀਜ਼ਾਂ ਉਸ ਦਾਇਰੇ 'ਚ ਹੀ ਰਹਿੰਦੀਆਂ ਨੇ ਅਸੀਂ ਪਹਿਲਾਂ ਸੀਨ ਵਰਕ ਕੀਤਾ ਹੁੰਦਾ ਸਾਨੂੰ ਪਤਾ ਕਿ ਹਾਂ ਕਰੈਕਟਰ ਦਾ ਕਿੰਨਾ ਉਹ ਆ ਦੂਸਰੇ ਕਰੈਕਟਰ ਟੂ ਕਰੈਕਟਰ ਸਾਡਾ ਕੀ ਉਹ ਲਿਮਿਟੇਸ਼ਨ ਨੇ ਜਾਂ ਕਿੰਨਾ ਕਿਤੇ ਉਹ ਕਰ ਸਕਦੇ ਹੋ ਕਮਿਊਨੀਕੇਟ ਸੋ ਇਹ ਚੀਜ਼ਾਂ ਜ਼ਿਆਦਾ ਦੇਖਣਗੀਆਂ ਮੇਰੇ ਖਿਆਲ 'ਚ ਜਿਹੜੀਆਂ ਮੇਰੇ ਤੇ ਮਕੈਨਿਕ ਦਾ ਸਾਰਿਆਂ ਨੂੰ ਜ਼ਿਆਦਾ ਉਹ ਆ ਜਿਹੜਾ ਕਾਰ ਮਕੈਨਿਕ ਹੈ ਕਰੈਕਟਰ ਉਹ ਸਾਡਾ ਜ਼ਿਆਦਾ ਉਹ ਆ ਟੋਕੀ ਜਿਹੜਾ ਪੋਰਸ਼ਨ ਆ ਜਾਂ ਸਾਡਾ ਟੋਕੀ ਵੀ ਨਹੀਂ ਮਤਲਬ ਜਿੰਨਾ ਸਾਡਾ ਸਕਰੀਨ 'ਤੇ ਅਸੀਂ ਬਹੁਤ ਜ਼ਿਆਦਾ ਟਾਈਮ ਰਹਿੰਦੇ ਹਾਂ ਕਈ ਵਾਰੀ ਕੁਛ ਇੱਦਾਂ ਦੀਆਂ ਮੂਵਮੈਂਟ ਨੇ ਜਿਹੜੀਆਂ ਬਿਨਾਂ ਬੋਲਣ ਤੋਂ ਵੀ ਇੱਦਾਂ ਦੱਸਦੀਆਂ ਨੇ ਕਿ ਹਾਂ ਯਾਰ ਕੁਛ ਹੋ ਰਿਹਾ ਹਾਂ ਕੁਛ ਹੋ ਰਿਹਾ ਹੈ ਨਾ ਇਰੀਟੇਸ਼ਨ ਜਾਂ ਉਹਨੂੰ ਅਵੋਇਡ ਕਰਨਾ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਇਹ ਚੀਜ਼ਾਂ ਐਵੇਂ ਨਹੀਂ ਹੋ ਸਕਦੀਆਂ ਜਦੋਂ ਤੁਹਾਡਾ ਵਰਕ ਹੁੰਦਾ ਉੱਥੇ ਤੁਸੀਂ ਪ੍ਰਪੇਅਰ ਹੁੰਦੇ ਹੋ ਤੁਸੀਂ ਪਹਿਲਾਂ ਵਰਕ ਕਰਿਆ ਹੁੰਦਾ ਹੈ ਨਾ ਤੁਹਾਨੂੰ 10 ਦਿਨ ਦਾ ਵਰਕ ਪਹਿਲਾਂ ਮਤਲਬ ਟਾਈਮ ਮਿਲਿਆ ਹੁੰਦਾ ਹੈ ਨਾ 10 ਦਿਨ ਆਪਾਂ ਨੇ ਹੁਣ ਕਰ ਲਿਆ ਉਸ ਤੋਂ ਬਾਅਦ ਟਾਈਮ ਗੈਪ ਹੁੰਦਾ ਉਹਦੇ ਵਿੱਚ ਨਾ ਤੁਹਾਡੀਆਂ ਜਿਹੜੇ ਸਾਰੇ ਫਿਲਰ ਹੁੰਦੇ ਨੇ ਕਰੈਕਟਰ ਦੇ ਉਹ ਭਰ ਜਾਂਦੇ ਆ ਹੈ ਨਾ ਉੱਥੇ ਜਾ ਕੇ ਉਹ ਸਾਰੀਆਂ ਚੀਜ਼ਾਂ ਦੇਖਦੀਆਂ ਨੇ ਸਕਰੀਨ ਕੀ ਬਾਤ ਬਹੁਤ ਸੋਹਣਾ ਐਕਸਪਲੇਨ ਕੀਤਾ ਤੁਸੀਂ ਸੋ ਜਿਹੜਾ ਤੁਹਾਡੇ ਪ੍ਰੋਜੈਕਟਸ ਨੇ ਜਿਵੇਂ ਅਸੀਂ ਦੇਖਦੇ ਹਾਂ ਚੇਤਾ ਸਿੰਘ ਵੀ ਕੀਤਾ ਆ ਸੋ ਹੁਣ ਯੈਂਕੀ ਵੀ ਆ ਰਹੀ ਆ ਐਜ਼ ਐਨ ਆਰਟਿਸਟ ਖੁਦ ਦੇ ਵਿੱਚ ਕੀ ਗਰੋਥ ਫੀਲ ਕਰਦੇ ਹੋ ਜਦੋਂ ਇੰਨੇ ਸੋਹਣੇ ਪ੍ਰੋਜੈਕਟਸ ਮਿਲਣ ਲੱਗ ਜਾਂਦੇ ਨੇ ਜਾਂ ਫਿਰ ਤੁਸੀਂ ਹਿੰਦੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਸੋ ਮੈਨੂੰ ਦੱਸੋ ਕਿ ਐਜ਼ ਐਨ ਆਰਟਿਸਟ ਅਸੀਂ ਆਪਣੇ ਆਪ ਦੇ ਵਿੱਚ ਗਰੋਥ ਕਿਵੇਂ ਫੀਲ ਕਰਦੇ ਹਾਂ ਕਿ ਹਾਂ ਹੁਣ ਮੈਂ ਆਹ ਵੀ ਚੀਜ਼ ਕਰ ਸਕਦਾ ਜਾਂ ਇਹ ਵੀ ਇਸ ਏਰੀਆ ਦੇ ਵਿੱਚ ਵੀ ਮੈਂ ਕੰਮ ਕਰ ਲਿਆ ਆਈ ਗੈਸ ਗਰੋਥ ਇਜ਼ ਐਵਰੀਡੇ ਥਿੰਗ ਹੈ ਨਾ ਚਲੋ ਜਿਵੇਂ ਆਪਾਂ ਮੂਵੀਜ਼ 'ਚ ਕੰਮ ਕਰਦੇ ਹਾਂ ਉਦੋਂ ਆਪਾਂ ਨੂੰ ਐਕਟਿੰਗ ਵਾਈਜ਼ ਜਾਂ ਪਰਫੋਰਮੈਂਸ ਵਾਈਜ਼ ਇੰਪਰੂਵਮੈਂਟ ਹੁੰਦੀ ਹੈ ਬਟ ਗਰੋਥ ਸਟਡੀ ਡੇਲੀ ਹੀ ਹੁੰਦੀ ਹੈ ਤੁਸੀਂ ਸੋਚੋ ਵੀ ਅਗਰ ਅਸੀਂ ਇੱਕ ਪ੍ਰੋਜੈਕਟ ਵੀ ਕਰਦੇ ਹਾਂ ਕਿੰਨਾ ਕੁਛ ਸਿੱਖਣ ਨੂੰ ਮਿਲਦਾ ਹੈ ਸਡਨਲੀ ਵੈਨ ਯੂ ਸਵਿਚ ਟੂ ਅਦਰ ਪ੍ਰੋਜੈਕਟ ਅਤੇ ਸਾਰੀ ਟੀਮ ਵੀ ਡਿਫਰੈਂਟ ਹੈ ਤੁਹਾਡੇ ਕੋਲ ਆਰਟਿਸਟ ਵੀ ਡਿਫਰੈਂਟ ਨੇ ਸਕਿੱਲ ਬਿਲਕੁਲ ਡਿਫਰੈਂਟ ਹੈ ਦੈਨ ਯੂ ਗੈਟ ਅ ਚਾਂਸ ਟੂ ਪਰਫੋਰਮ ਇੱਕਦਮ ਅਲੱਗ ਚੀਜ਼ ਤੁਹਾਡੀ ਹੋਰ ਦਾਇਰੇ ਖੁੱਲ ਜਾਂਦੇ ਨੇ ਫਿਰ ਯੂ ਗੈਟ ਅ ਪਲੈਟਫਾਰਮ ਬੇਸਿਕਲੀ ਹੈ ਨਾ ਆਪਦੇ ਆਪ ਐਕਸਪੈਰੀਮੈਂਟ ਕਰਨਾ ਹੈ ਕੁਛ ਵੀ ਜਦੋਂ ਆਲੇ ਦੁਆਲੇ ਦੇ ਕੈਰੇਕਟਰਸ ਦੇਖਦੇ ਹਾਂ ਵੀ ਉਹ ਕਿੰਨੇ ਵੇਰੀਏਸ਼ਨਸ 'ਚ ਪਲੇ ਕਰਦੇ ਨੇ ਦਿਸ ਇਜ਼ ਵੋਟ ਆਈ ਹੈਵ ਲਰਨ ਜਿਹਨੂੰ ਆਪਾਂ ਪਰਸਨੈਲਿਟੀ ਡਿਵੈਲਪਮੈਂਟ ਵੀ ਕਹਿ ਦਿੰਦੇ ਹਾਂ ਕਿ ਆਪਦੇ ਆਪ 'ਚ ਕਿਵੇਂ ਮਤਲਬ ਕਿਉਂਕਿ ਮੈਂ ਸਪੈਸੀਫਿਕਲੀ ਐਕਟਿੰਗ ਨਹੀਂ ਸਿੱਖੀ ਹੈ ਨਾ ਮੈਂ ਪ੍ਰੋਪਰ ਮੇਰਾ ਥੀਏਟਰ ਬੈਕਗਰਾਊਂਡ ਨਹੀਂ ਰਿਹਾ ਹੋਇਆ ਹੈ ਨਾ ਆਈ ਰੀਲੀ ਵਾਂਟ ਟੂ ਬੀ ਅ ਪਾਰਟ ਆਫ ਇਟ ਮੈਂ ਸਿੱਖਣਾ ਵੀ ਚਾਹੁੰਦੀ ਹਾਂ ਮੈਨੂੰ ਇਹ ਵੀ ਮੈਨੂੰ ਟਾਈਮ ਲੱਗੇ ਬਟ ਹਾਂ ਮੈਂ ਵਰਕਸ਼ਾਪਸ ਕੀਤੀਆਂ ਸੀਗੀਆਂ ਬਟ ਐਕਚੁਅਲ ਐਕਸਪੀਰੀਅੰਸ ਜਾਂ ਲਰਨਿੰਗ ਜਿਹੜੀ ਤੁਸੀਂ ਕਹੋ ਉਹ ਹਮੇਸ਼ਾ ਸੈੱਟ 'ਤੇ ਜਾ ਕੇ ਹੁੰਦੀ ਹੈ ਨਾ ਸੈੱਟ 'ਤੇ ਜਾ ਕੇ ਹੀ ਤੁਹਾਨੂੰ ਜਦੋਂ ਤੁਸੀਂ ਕੈਮਰਾ ਫੇਸ ਕਰਦੇ ਹੋ ਦਿਸ ਇਜ਼ ਵੇਅਰ ਯੂ ਲਰਨ ਸੋ ਮੈਨੂੰ ਲੱਗਦਾ ਮੈਂ ਹਰ ਵਾਰੀ ਜਿੰਨਾ ਵੀ ਸਿੱਖਿਆ ਹੈ ਉਹ ਮੈਂ ਸੈੱਟ 'ਤੇ ਹੀ ਜਾ ਕੇ ਸਿੱਖੀ ਹੈ ਚਾਹੇ ਆਪਣੇ ਕੋ ਆਰਟਿਸਟ ਦੇ ਥਰੂ ਚਾਹੇ ਆਪਣੀ ਟੀਮ ਦੇ ਥਰੂ I was so natural, I don't know why. Natural, kai actor natural honde ne, right? Yeah, mainly pata, main to aap deko, matlab meri mother aur my brother was looking at me, kehti ki na normal kar rahi hai, problem hi nahi ho rahi. Main ke maza aa raha hai. Fir mainu lag gaya, main ke this is interesting. Pehla to maine aise lagi, isme to kuch karna nahi, lekin mujhe is video mein ki maara se chhod. ਅੱਛਾ ਨਹੀਂ ਮਜ਼ਾ ਆ ਰਿਹਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਿਹੜੇ ਕੰਮ 'ਚ ਸਾਨੂੰ ਮਜ਼ਾ ਹੁੰਦਾ ਨਾ ਅਸੀਂ ਵਧੀਆ ਕਰ ਲੈਂਦੇ ਹਾਂ ਆਈ ਥਿੰਕ ਮੈਂ ਮੈਸੀ ਦੀ ਇੱਕ ਇੰਟਰਵਿਊ ਸੁਣੀ ਸੀ ਉਹਦੇ ਵਿੱਚ ਉਹਨਾਂ ਕਿਹਾ ਸੀ ਕਿ ਤੁਸੀਂ ਇੰਨੇ ਜ਼ਿਆਦਾ ਗੋਲਸ ਦਾ ਰਿਕਾਰਡ ਕਿਵੇਂ ਬਣਾ ਦਿੱਤਾ ਕਹਿੰਦੇ ਮੈਨੂੰ ਮਜ਼ਾ ਆਉਂਦਾ ਸਿਰਫ ਮਜ਼ਾ ਆਉਣ ਦੀ ਗੱਲ ਆ ਰਾਈਟ ਸੋ ਤੁਹਾਡੇ ਲਈ ਇਹ ਸਵਾਲ ਹੈ ਕਿ ਜਦੋਂ ਤੁਹਾਨੂੰ ਤੁਹਾਡਾ ਪਹਿਲਾ ਪੇ ਚੈੱਕ ਮਿਲਿਆ ਸੀ ਉਹ ਕਾਹਦਾ ਸੀ ਔਰ ਕਿੰਨੇ ਦਾ ਸੀ ਕਦੋਂ ਮਿਲਿਆ ਸੀ ਬਸ ਪਲੇ ਦਾ ਸੀ ਥੀਏਟਰ ਪਲੇ ਦਾ ਸੀ ਓਕੇ ਕੀ ਬਾਤ ਹੈ ਸੋ
थिएटर वाले ओ वैसे ही है ना काफी स्पेशल होंगे कि ना थिएटर वाले तो कुछ भी करा लो असी बड़े सारे थिएटर आर्टिस्ट देखे ने एंकरिंग भी करी जाते हैं सो आखिर ते रैप अप कर दिया इंटरव्यू दा यंकी वास्ते की कहोगे यंकी दे वापस आने हैं कल रिलीज हो रही है मैं जरूर चाहूंगी अपने फैंस नु अपने चाहण वाले नु दस दो यंकी देखियो जी पहली गल तां ये है ए बस मैं पहला भी यही कहा कि मैं ये नहीं कहूंगा शेयर करियो जां कुछ जी होर एडी लाइना नहीं मैं बोलूंगा ना कल्ला देख ਕਿਉਂਕਿ ਜੇ ਬੰਦਾ ਦੇਖ ਲੈਂਦਾ ਨਾ ਸ਼ੇਅਰ ਆਪਦੇ ਆਪ ਕਰ ਦਿੰਦਾ ਸੋ ਬਸ ਸਿਰਫ ਦੇਖਿਓ ਤੁਹਾਨੂੰ ਗਰੰਟੀ ਆ ਡੀ ਕੇ ਤੁਹਾਨੂੰ ਉਸ ਟਾਈਮ ਦਾ ਅਸੀਂ ਮੋੜਾਂਗੇ ਜਿੰਨਾ ਟਾਈਮ ਤੁਸੀਂ ਦੋਗੇ ਯੈਸ ਵਧੀਆ ਲੱਗੂ ਤੁਹਾਨੂੰ ਇਹ ਗਰੰਟੀ ਆ ਮੇਕਿੰਗ ਦੀ ਵਜ੍ਹਾ ਨਾਲ ਐਕਟਰਸ ਦੇ ਵਰਕ ਨਾਲ ਤੇ ਜੋ ਐਕਚੁਅਲ ਚ ਟੀਮ ਵਰਕ ਦੇਖੋਗੇ ਤੁਸੀਂ ਉਹ ਚ ਕਿਹਾ ਟੀਮ ਵਰਕ ਕੀ ਹੁੰਦਾ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗੂਗਾ ਇੰਟਰਵਿਊਜ ਦਾ ਸਾਰਾ ਡਾਟਾ ਥੋੜਾ ਮੱਦੇ ਨਜ਼ਰ ਆ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਨਾ ਸਾਰੀਆਂ ਚੀਜ਼ਾਂ ਦਾ ਕਿ ਹਾਂ ਆਹ ਐਵੇਂ ਸ਼ੂਟ ਹੋਈ ਸਾਰੀ ਚੀਜ਼ ਤੁਹਾਨੂੰ ਆਪਦੇ ਆਪ ਦਿਖੂ ਕਿ ਹਾਂ ਇਹ ਟੀਮ ਵਰਕ ਹੈ ਸੋ 5th ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਯਾਨੀ ਕਿ ਕੱਲ ਨੂੰ ਇਸ ਦੇਰ ਸਮਥਿੰਗ ਰਿਲੇਟਡ ਟੂ ਟੀਚਰਸ ਡੇ ਇਨ ਦਿਸ ਆਈ ਡੋਨਟ ਨੋ ਕਿ ਜਿਹਦੇ ਵਿੱਚ ਕੁਝ ਨਹੀਂ ਸੀਗਾ ਚੇਤਾ ਸਿੰਘ ਚ ਜ਼ਰੂਰ ਮੈਂ ਇੱਕ ਆਂਗਨਵਾੜੀ ਦੀ ਟੀਚਰ ਬਣੀ ਹੋਈ ਹਾਂ ਬਟ 5th ਸਤੰਬਰ ਇਜ਼ ਅ ਟੀਚਰਸ ਡੇ ਐਂਡ ਇਟ ਇਜ਼ ਗੁੱਡ ਸਾਰੇ ਬੱਚੇ ਟੀਚਰਸ ਦੇਖ ਸਕਦੇ ਆ ਨਾ ਸਾਰੇ ਐਂਡ ਆਈ ਵੀ ਹੋਪ ਕੁਝ ਸਿੱਖਣ ਨੂੰ ਮਿਲੇਗਾ ਉਹਦੇ ਚ ਕੁਝ ਕੁਝ ਸਮਥਿੰਗ ਕੋਈ ਮੈਸੇਜ ਮੈਸੇਜ ਅਗਰ ਸਪੈਸੀਫਿਕਲੀ ਕਿਹਾ ਜਾਏ ਤਾਂ ਹਰ ਇੱਕ ਚੀਜ਼ ਚ ਮੈਸੇਜ ਹੁੰਦਾ ਹੈ ਦਿਸ ਇਜ਼ ਹਾਊ ਯੂ ਸੀ ਥਿੰਗਸ ਜੇ ਤੁਸੀਂ ਉਹਨੂੰ ਦੇਖੋਗੇ ਉਹਦੇ ਚ ਬਹੁਤ ਇਹੋ ਜਿਹੀ ਟਾਈਮਿੰਗਸ ਹੁੰਦੀਆਂ ਨੇ ਯੈਂਕੀ ਦੀ ਆਪ ਜਿਹੜੀ ਪਰਸਨਲ ਲਾਈਫ ਚ ਚੱਲਦੇ ਨੇ ਜਿੱਥੇ ਤੋਂ ਇੱਕ ਇਨਸਾਨ ਬਹੁਤ ਈਜ਼ੀਲੀ ਸਿੱਖ ਸਕਦਾ ਵੀ ਹੁਣ ਇਹ ਗਲਤ ਸਟੈਪ ਲੋਕ ਚੱਕਣ ਲੱਗੇ ਆ ਹੀ ਇਜ਼ ਡੂਇੰਗ ਅਗੇਨ ਅ ਰੋਂਗ ਥਿੰਗ ਦ ਥਿੰਗ ਵੇਅਰ ਯੂ ਕੈਨ ਲਰਨ ਸਾਰੇ ਦਿਨ ਦੀ ਉਹ ਜਰਨੀ ਹੈ ਨਾ ਉਹਦੇ ਚ ਜਿਹੜੀਆਂ ਉਹਨੂੰ ਫੈਸਲੇ ਲੈਣੇ ਪੈ ਰਹੇ ਨੇ ਉਹ ਮੇਰੇ ਖਿਆਲ ਚ ਬਹੁਤ ਸਿੱਖਣ ਵਾਲੀ ਚੀਜ਼ ਆ ਕਿ ਬੰਦਾ ਕਿੰਨਾ ਡੈਡੀਕੇਟ ਇੱਥੋਂ ਨਿਕਲਣ ਲਈ ਉਹ ਕਰ ਰਿਹਾ ਨਾ ਜਦੋਂ ਜਹਿਦ ਕਰ ਰਿਹਾ ਉਹ ਇੱਕ ਬਹੁਤ ਵਧੀਆ ਚੀਜ਼ ਹੈ ਥੈਂਕ ਯੂ ਸੋ ਮਚ ਐਂਡ ਆਲ ਦਾ ਵੈਰੀ ਬੈਸਟ ਥੈਂਕ ਯੂ ਸੋ ਟਿਊਨਸ ਲੇ ਦੇ ਆਫੀਸ਼ੀਅਲ ਯੂਟਿਊਬ ਤੇ ਚੈਨਲ ਤੇ ਆ ਰਹੀ ਹੈ ਰਾਈਟ ਯੈਂਕੀ ਕੱਲ ਨੂੰ ਜ਼ਰੂਰ ਵੇਖਿਓ ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਹੰਸ ਨੂੰ ਦੇ ਇਜਾਜ਼ਤ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ